ਫਾਰਮ ਟਰੈਕ ਵਰਡ ਮੈਕਸ ਸੀਰੀਜ਼ ਹੈ। ਇਸ ਤੋਂ ਪਹਿਲਾਂ ਆਪਾਂ ਜਿਹੜੇ ਸਟਾਰਟਿੰਗ ਪਹਿਲਾਂ ਦੇ ਰਹੇ ਸੀ ਸੁਪਰ ਮੈਕਸ, ਫਿਰ ਪਾਵਰ ਮੈਕਸ ਚੱਲ ਰਹੀ ਸੀ, ਹੁਣ ਲੇਟੈਸਟ ਸੀਰੀਜ਼ ਹੈ ਵਰਡ ਮੈਕਸ, ਜੋ ਕਿ ਆਪਾਂ ਵਰਲਡ ਵਾਈਡ ਐਕਸਪੋਰਟ ਵੀ ਇਹ ਕਰ ਰਹੇ ਹਾਂ, ਅਤੇ ਹੁਣ ਫਾਰਮ ਟਰੈਕ ਪੰਜਾਬ 'ਚ ਵਰਡ ਮੈਕਸ ਦੀ ਲਾਂਚਿੰਗ ਕਰ ਰਿਹਾ ਆਫੀਸ਼ੀਅਲੀ। ਅਤੇ ਡਿਜ਼ਾਇਨ ਦੇ ਵਿੱਚ ਵੀ ਫਰਕ ਪਾਇਆ ਗਿਆ ਜੀ? ਹਾਂਜੀ, ਇਹਦੀ ਸ਼ੋਅ ਬਿਲਕੁਲ ਲੇਟੈਸਟ ਡਿਜ਼ਾਇਨ ਵਾਲੀ ਹੈ, ਐਰੋਡਾਇਨਾਮਿਕ ਡਿਜ਼ਾਇਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਪ੍ਰੋਵਾਈਡ ਕੀਤੀ ਗਈ ਹੈ। 60 ਅਤੇ 60-55 ਟੂ ਵੀਲ, ਫੋਰ ਵੀਲ, CRDI ਵਿਦਆਊਟ CRDI, ਬੇਸਿਕਲੀ ਜਿਹਨੂੰ ਆਪਾਂ BS3 ਔਰ BS4 ਨੋਮਸ ਕਹਿ ਦਿੰਦੇ ਹਾਂ, ਅਤੇ 60-65 ਆਪਣਾ ਫੋਰ ਵੀਲ ਡਰਾਈਵ ਵਿਦ BS4 ਔਰ CRDI 'ਚ ਅਵੇਲੇਬਲ। ਪੰਪ ਦੇ ਵਿੱਚ ਵਾਧਾ ਕੀਤਾ? ਲਿਫਟ ਬੇਸਿਕਲੀ 60-55-26 ਕੁਇੰਟਲ ਦੀ ਆ ਗਈ ਹੈ, 60 ਵਿੱਚ 25 ਕੁਇੰਟਲ ਦੀ ਹੈ, ਅਤੇ 60-65 'ਚ 27 ਕੁਇੰਟਲ ਦੀ। ਤੁਹਾਡਾ ਜਿਵੇਂ ਪਹਿਲਾਂ 60 ਜ਼ਿਆਦਾ ਮਤਲਬ ਪਸੰਦ ਸੀ ਲੋਕਾਂ ਨੂੰ, ਜੱਟਾਂ ਦੀ ਪਹਿਲੀ ਪਸੰਦ ਸੀ, ਅਤੇ ਹੁਣ ਕਿਹੜੇ ਮਤਲਬ ਟਰੈਕਟਰ ਨੂੰ ਜ਼ਿਆਦਾ ਮੰਨਦੇ? 60 ਦੇ ਨਾਲ 60-55 ਵੀ ਹੁਣ ਬਰਾਬਰ ਸੇਲ ਹੋ ਰਿਹਾ, ਬੇਸਿਕਲੀ 60-55 ਵੀ 60 ਦੇ ਬਰਾਬਰ ਹੀ ਹੁਣ ਪਸੰਦ ਕੀਤਾ ਜਾ ਰਿਹਾ ਹੈ। ਲੁੱਕ ਵਾਈਜ਼ ਵੀ ਲੁਕਰੇਟਿਵ ਹੈ, ਪਹਿਲਾਂ ਨਾਲ ਬਹੁਤ ਸੋਹਣਾ ਕਰ ਦਿੱਤਾ ਗਿਆ। ਸੈਕਿੰਡਲੀ ਇਹਦੇ 'ਚ ਈਕੋ ਮੋਡ ਵੀ ਲਗਾਇਆ ਗਿਆ, ਪਾਵਰ ਆਪਸ਼ਨ, 3 ਪਾਵਰ ਆਪਸ਼ਨਸ ਦੇ ਦਿੱਤੀਆਂ। 5 ਸਪੀਡ ਗੇਅਰ ਬੋਕਸ ਹੈ ਇਹਦੇ, 5 ਦੇ ਇਲਾਵਾ 7 ਸਪੀਡ ਗੇਅਰ ਬੋਕਸ ਵੀ ਆਪਸ਼ਨਸ ਅਵੇਲੇਬਲ ਹੈ ਕੁਝ ਮਾਡਲਸ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦੀ ਜੋੜ ਮੇਲ ਦੌਰਾਨ ਅਸੀਂ ਫਾਰਮ ਟਰੈਕ ਦੀ ਸਟਾਲ ਦੇ ਉੱਤੇ ਪਹੁੰਚੇ ਹਾਂ, ਅਤੇ ਸਾਡੇ ਨਾਲ ਇੰਜੀਨੀਅਰ ਮੌਜੂਦ ਨੇ, ਅਤੇ ਹੁਣ ਤੁਸੀਂ ਦੇਖ ਸਕਦੇ ਹੋ ਫਾਰਮ ਟਰੈਕ ਨਵੇਂ ਡਿਜ਼ਾਇਨ ਦੇ ਵਿੱਚ ਆ ਗਿਆ, ਅਤੇ ਇਹਨਾਂ ਤੋਂ ਨਵੀਂ ਜਾਣਕਾਰੀ ਲੈਣੀ ਹੈ ਕਿ ਕੀ ਇਹਦੇ ਵਿੱਚ ਨਵਾਂ ਪੇਸ਼ ਕੀਤਾ ਗਿਆ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਸਰ। ਤੁਸੀਂ ਇਹਦੇ ਵਿੱਚ ਜੀ ਕੀ ਨਵਾਂ ਸੋਧ ਕਰੀ ਹੈ? ਸਰ, ਪਹਿਲੀ ਗੱਲ ਤਾਂ ਇਹ ਪੂਰੀ ਦੀ ਪੂਰੀ ਸੀਰੀਜ਼ ਹੀ ਨਵੀਂ ਲਾਂਚ ਕੀਤੀ ਗਈ ਹੈ, ਫਾਰਮ ਟਰੈਕ ਵਰਡ ਮੈਕਸ ਸੀਰੀਜ਼ ਹੈ। ਇਸ ਤੋਂ ਪਹਿਲਾਂ ਆਪਾਂ ਜਿਹੜੇ ਸਟਾਰਟਿੰਗ ਪਹਿਲਾਂ ਦੇ ਰਹੇ ਸੀ ਸੁਪਰ ਮੈਕਸ, ਫਿਰ ਪਾਵਰ ਮੈਕਸ ਚੱਲ ਰਹੀ ਸੀ, ਹੁਣ ਲੇਟੈਸਟ ਸੀਰੀਜ਼ ਹੈ ਵਰਡ ਮੈਕਸ, ਜੋ ਕਿ ਆਪਾਂ ਵਰਲਡ ਵਾਈਡ ਐਕਸਪੋਰਟ ਵੀ ਇਹ ਕਰ ਰਹੇ ਹਾਂ, ਅਤੇ ਹੁਣ ਫਾਰਮ ਟਰੈਕ ਪੰਜਾਬ 'ਚ ਵਰਡ ਮੈਕਸ ਦੀ ਲਾਂਚਿੰਗ ਕਰ ਰਿਹਾ ਆਫੀਸ਼ੀਅਲੀ। ਅਤੇ ਇਹਦੇ ਡਿਜ਼ਾਇਨ ਦੇ ਵਿੱਚ ਵੀ ਫਰਕ ਪਾਇਆ ਗਿਆ ਜੀ? ਹਾਂਜੀ, ਇਹਦੀ ਸ਼ੋਅ ਬਿਲਕੁਲ ਲੇਟੈਸਟ ਡਿਜ਼ਾਇਨ ਵਾਲੀ ਹੈ, ਐਰੋਡਾਇਨਾਮਿਕ ਡਿਜ਼ਾਇਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਪ੍ਰੋਵਾਈਡ ਕੀਤੀ ਗਈ ਹੈ, ਅਤੇ ਇਹਦੇ 'ਚ ਆਪਾਂ ਹੁਣ 60, 60-55 ਅਤੇ 60-65 ਤਿੰਨੋਂ ਮਾਡਲਸ ਅਵੇਲੇਬਲ ਨੇ, ਅਤੇ 60 ਅਤੇ 60-55 ਟੂ ਵੀਲ, ਫੋਰ ਵੀਲ, CRDI ਵਿਦਆਊਟ CRDI, ਬੇਸਿਕਲੀ ਜਿਹਨੂੰ ਆਪਾਂ BS3 ਔਰ BS4 ਨੋਮਸ ਕਹਿ ਦਿੰਦੇ ਹਾਂ, ਅਤੇ 60-65 ਆਪਣਾ ਫੋਰ ਵੀਲ ਡਰਾਈਵ ਵਿਦ BS4 ਔਰ CRDI 'ਚ ਅਵੇਲੇਬਲ ਹੋਏ। ਪ੍ਰਾਈਸ ਦੇ ਵਿੱਚ ਕੋਈ ਫਰਕ ਪਿਆ ਜੀ ਹੁਣ ਨਵੇਂ ਅਤੇ ਪੁਰਾਣੇ ਦੇ ਵਿੱਚ? ਹਲਕਾ ਜਿਹਾ, ਥੋੜ੍ਹਾ ਬਹੁਤ ਫਰਕ ਹੈ, ਬਾਕੀ ਜਿੰਨੇ ਆਪਾਂ ਕਹਿ ਦਿੰਦੇ ਕਿ ਫੀਚਰਸ ਹੈ, ਅਗਰ ਕੰਪੈਰੀਜ਼ਨ ਕਰੀਏ, ਅਗਰ 2 ਲੱਖ ਦਾ ਸਮਾਨ ਕੰਪਨੀ ਲਗਾਉਂਦੀ ਹੈ, ਐਕਸਟਰਾ ਲਗਾ ਰਹੀ ਹੈ, ਫੀਚਰਸ ਇਨਹੈਂਸ ਕਰ ਰਹੀ ਹੈ, ਤਾਂ ਪ੍ਰਾਈਸ ਦੇ ਵਿੱਚ 50,000 ਤੋਂ 60,000 ਰੁਪਏ ਦਾ ਫਰਕ ਹੁੰਦਾ ਵੀ ਇੰਨਾ ਜੈਨੂਨ ਜਿਹਾ ਵਾਧਾ ਕੀਤਾ ਜਾਂਦਾ। ਲਿਫਟ ਪੰਪ ਦੇ ਵਿੱਚ ਵਾਧਾ ਕੀਤਾ? ਲਿਫਟ ਬੇਸਿਕਲੀ 60-55-26 ਕੁਇੰਟਲ ਦੀ ਆ ਗਈ ਹੈ, 60 ਵਿੱਚ 25 ਕੁਇੰਟਲ ਦੀ ਹੈ, ਅਤੇ 60-65 'ਚ 27 ਕੁਇੰਟਲ ਦੀ ਦਿੱਤੀ ਗਈ ਹੈ। ਤੁਹਾਡਾ ਜਿਵੇਂ ਪਹਿਲਾਂ 60 ਜ਼ਿਆਦਾ ਮਤਲਬ ਪਸੰਦ ਸੀ ਲੋਕਾਂ ਨੂੰ, ਜੱਟਾਂ ਦੀ ਪਹਿਲੀ ਪਸੰਦ ਸੀ, ਅਤੇ ਹੁਣ ਕਿਹੜੇ ਮਤਲਬ ਟਰੈਕਟਰ ਨੂੰ ਜ਼ਿਆਦਾ ਮੰਨਦੇ ਨੇ? 60 ਦੇ ਨਾਲ 60-55 ਵੀ ਹੁਣ ਬਰਾਬਰ ਸੇਲ ਹੋ ਰਿਹਾ, ਬੇਸਿਕਲੀ 60-55 ਵੀ 60 ਦੇ ਬਰਾਬਰ ਹੀ ਹੁਣ ਪਸੰਦ ਕੀਤਾ ਜਾ ਰਿਹਾ ਹੈ। ਠੀਕ ਹੈ ਜੀ। ਇਹਦੇ ਮੀਟਰ ਵਗੈਰਾ ਡਿਜੀਟਲ ਨੇ ਕਿ ਸਿੰਪਲ? ਡਿਜੀਟਲ ਕਰ ਦਿੱਤੇ ਗਏ, ਲੁੱਕ ਵਾਈਜ਼ ਵੀ ਲੁਕਰੇਟਿਵ ਹੈ, ਪਹਿਲਾਂ ਨਾਲ ਬਹੁਤ ਸੋਹਣਾ ਕਰ ਦਿੱਤਾ ਗਿਆ। ਸੈਕਿੰਡਲੀ ਇਹਦੇ 'ਚ ਈਕੋ ਮੋਡ ਵੀ ਲਗਾਇਆ ਗਿਆ, ਪਾਵਰ ਆਪਸ਼ਨ, 3 ਪਾਵਰ ਆਪਸ਼ਨਸ ਦੇ ਦਿੱਤੀਆਂ। 5 ਸਪੀਡ ਗੇਅਰ ਬੋਕਸ ਹੈ ਇਹਦੇ, 5 ਦੇ ਇਲਾਵਾ 7 ਸਪੀਡ ਗੇਅਰ ਬੋਕਸ ਵੀ ਆਪਸ਼ਨਸ ਅਵੇਲੇਬਲ ਹੈ ਕੁਝ ਮਾਡਲਸ ਦੇ ਵਿੱਚ। ਇਹਦੇ 'ਚ ਆਪਣੇ PTO ਜਿਹੜੀ ਉਹ 2 PTO ਦਿੱਤੀਆਂ ਗਈਆਂ, PTO ਆਪਸ਼ਨ ਐਕਸਟਰਾ ਦਿੱਤੀ ਗਈ ਹੈ। ਪਹਿਲਾ ਟਰੈਕਟਰ ਜਿਹਦੇ ਵਿੱਚ 2 PTO ਦੀ ਆਪਸ਼ਨਸ ਦਿੱਤੀ ਗਈ ਹੈ, ਇੱਕ ਤਾਂ ਸਟੈਂਡਰਡ PTO ਆਉਂਦੀ ਸੀ, ਇਹਦੇ ਉੱਪਰ ਇੱਕ ਇੰਜਨ ਨਾਲ ਡਾਇਰੈਕਟ ਕਨੈਕਟ ਕਰਨ ਵਾਸਤੇ PTO ਦੀ ਆਪਸ਼ਨ ਅਲੱਗ ਤੋਂ ਪ੍ਰੋਵੀਜ਼ਨ ਦਿੱਤਾ ਗਿਆ ਪਿੱਛੇ। ਕੀ ਕੀਮਤ ਹੈ ਜੀ ਇਹਦੀ? ਇਹਦੀ ਸਰ 1290 crore ਕਰ ਰਹੇ ਹਾਂ, 1,290,000 ਰੁਪਏ। ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਨੂੰ ਕਿਵੇਂ ਇਹਦਾ ਲੱਗਦਾ ਕਿ ਵਧੀਆ ਹੋਵੇਗਾ ਕਿ ਨਹੀਂ।